ਤੁਸੀਂ ਦੇਖ ਰਹੇ ਹੋ ਆਪਸੀ ਸਾਇੰਸ ਟੀਵੀ ਤੇ ਲਾਈਵ ਤਸਵੀਰਾਂ ਕਿ ਜੋ ਬਾਡੀ ਸੀ ਕੌਸ਼ਲ ਕੁਮਾਰ ਦੀ ਉਹ NDRF ਦੀ ਟੀਮ ਨੇ ਜਿਹੜੀ ਹੈ ਉਹ ਲੱਭ ਲਈ ਹੈ। ਇਸ ਵੇਲੇ ਮੌਕੇ ਦੀਆਂ ਲਾਈਵ ਤਸਵੀਰਾਂ ਆਪਸੀ ਸਾਇੰਸ ਟੀਵੀ ਤੇ ਤੁਸੀਂ ਦੇਖ ਰਹੇ ਹੋ ਕਿ NDRF ਦੀ ਟੀਮ ਨੇ ਜੋ ਬਾਡੀ ਸੀ ਕੌਸ਼ਲ ਕੁਮਾਰ ਦੀ ਜਿਹੜਾ ਕੱਲ ਸ਼ਾਮ 7 ਵਜੇ ਦਾ ਗੁੰਮ ਹੋਇਆ ਸੀ, ਇਸ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੋਇਆ ਸੀ ਔਰ ਉਸਦੀ ਬਾਡੀ ਜਿਹੜੀ ਹੈ ਉਹ ਮਿਲ ਗਈ ਹੈ। ਪਰਿਵਾਰ ਵਾਲੇ ਕਿਵੇਂ ਵਿਰਲਾਪ ਕਰ ਰਹੇ ਨੇ, ਤੁਸੀਂ ਦੇਖ ਰਹੇ ਹੋ ਕਿ NDRF ਦੀ ਟੀਮ ਜਿਹੜੀ ਹੈ ਉਹ ਬਾਡੀ ਨੂੰ ਲੈ ਕੇ ਬਾਹਰ ਆ ਰਹੀ ਹੈ ਔਰ ਬੜੀ ਹੀ ਮਿਹਨਤ ਮੁਸ਼ਕਤ ਦੇ ਨਾਲ ਜਿਹੜਾ ਹੈ ਉਸਦੇ ਸਰੀਰ ਨੂੰ ਜਿਹੜਾ ਹੈ ਉਹ ਢੂੰਡਿਆ ਹੈ NDRF ਦੀ ਟੀਮ ਨੇ, ਕਿਉਂਕਿ ਹਾਲਾਤ ਇਸ ਖੱਡੇ ਦੇ ਇੰਨੇ ਮਾੜੇ ਸੀ ਕਿ ਕਰੀਬ ਕਰੀਬ 25 ਫੁੱਟ ਪਾਣੀ ਇਹਦੇ ਵਿੱਚ ਸੀ, ਜਿਹੜਾ ਕਿ ਪਾਣੀ ਕੱਢਦੇ ਕੱਢਦੇ ਸਮਾਂ ਲੱਗ ਗਿਆ ਔਰ ਪ੍ਰਸ਼ਾਸਨ ਸਾਰਾ ਜਿਹੜਾ ਹੈ ਇਸ ਵੇਲੇ ਇੱਥੇ ਮੌਜੂਦ ਹੈ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਕਿ ਕੌਸ਼ਲ ਕੁਮਾਰ ਜਿਹੜਾ ਕੱਲ ਸ਼ਾਮ 7 ਵਜੇ ਦਾ ਇੱਥੇ ਨਾਲੇ ਦੇ ਵਿੱਚ ਗਾਡੀਗੜ੍ਹ ਜੰਮੂ ਇਲਾਕੇ ਦੇ ਵਿੱਚ ਨਾਲੇ ਦੇ ਵਿੱਚ ਡੁੱਬ ਚੁੱਕਿਆ ਸੀ, ਜਿਹਦੀ ਕੱਲ ਸ਼ਾਮ ਤੋਂ ਭਾਲ ਚੱਲ ਰਹੀ ਸੀ, ਇਸ ਵੇਲੇ ਉਹ ਬਾਡੀ ਉਸਦੀ ਜਿਹੜੀ ਹੈ ਉਹ ਮਿਲ ਚੁੱਕੀ ਹੈ। ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, NDRF ਦੀ ਟੀਮ ਜਿਹੜੀ ਹੈ ਉਹ ਉਸਨੇ ਆਪਣੀ ਮਿਹਨਤ ਜਿਹੜੀ ਹੈ ਉਹ ਦੱਸੀ ਹੈ ਔਰ ਰੰਗ ਲਿਆਇਆ ਹੈ ਔਰ ਜੋ ਪਾਰਥਿਵ ਸਰੀਰ ਜਿਹੜਾ ਕੌਸ਼ਲ ਪਰਿਵਾਰ ਵਾਲਿਆਂ ਨੂੰ ਕੌਸ਼ਲ ਰੈਣਾ ਦਾ ਜਿਹੜਾ ਬਾਡੀ ਹੈ ਉਹ ਮਿਲ ਚੁੱਕੀ ਹੈ। ਤੁਸੀਂ ਦੇਖ ਰਹੇ ਹੋ ਕਿ NDRF ਦੀ ਟੀਮ ਜਿਹੜੀ ਹੈ ਉਸਨੂੰ ਬਾਹਰ ਲੈ ਕੇ ਆ ਰਹੀ ਹੈ। ਲਾਈਵ ਤਸਵੀਰਾਂ ਆਪਸੀ ਸਾਇੰਸ ਟੀਵੀ ਤੇ ਤੁਸੀਂ ਦੇਖ ਰਹੇ ਹੋ ਕਿ NDRF ਦੀ ਟੀਮ ਜਿਹੜੀ ਹੈ ਉਸ ਬਾਡੀ ਨੂੰ ਲੈ ਕੇ ਆ ਰਹੀ ਹੈ ਔਰ ਬੜੇ ਹੀ ਦੁੱਖ ਵਾਲੀ ਗੱਲ ਹੈ ਕਿ ਇਸ ਕੌਸ਼ਲ ਕੁਮਾਰ ਰੈਣਾ ਜਿਹੜਾ ਕਿ ਗਾਡੀਗੜ੍ਹ ਦਾ ਰਹਿਣ ਵਾਲਾ ਸੀ ਸਨ ਆਫ ਭਗਤ ਰਾਮ, ਉਹਨਾਂ ਦੀ ਜਿਹੜੀ ਬਾਡੀ ਹੈ ਉਹ ਇਸ ਵੇਲੇ ਗਾਡੀਗੜ੍ਹ ਨਾਲੇ ਦੇ ਵਿੱਚੋਂ NDRF ਦੀ ਟੀਮ ਨੇ ਰਿਕਵਰ ਕਰ ਲਈ ਹੈ ਰੈਸਕਿਊ ਟੀਮ ਨੇ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ NDRF ਦੀ ਟੀਮ ਨੇ ਵਧਾਈ ਦਿੰਦੇ ਹੈ NDRF ਦੀ ਟੀਮ ਨੂੰ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਸ ਟੀਵੀ ਤੇ ਜੋ ਕੱਲ ਸ਼ਾਮ 7 ਵਜੇ ਦਾ ਡੁੱਬਿਆ ਹੋਇਆ ਕੌਸ਼ਲ ਕੁਮਾਰ ਰੈਣਾ ਜੋ ਗਾਡੀਗੜ੍ਹ ਦਾ ਰਹਿਣ ਵਾਲਾ ਸਨ ਆਫ ਭਗਤ ਰਾਮ, ਉਸਨੂੰ NDRF ਦੀ ਟੀਮ ਨੇ ਕੜੀ ਮੁਸ਼ਕਤ ਦੇ ਬਾਅਦ ਜਿਹੜਾ ਹੈ ਉਹ ਇਸ ਨਾਲੇ ਦੇ ਵਿੱਚੋਂ ਕੱਢ ਲਿਆ ਹੈ। ਕੱਲ ਰਾਤ ਪੂਰੀ ਅਤੇ ਅੱਜ ਦਾ ਦਿਨ ਪੂਰਾ ਲਗਾਉਣ ਦੇ ਬਾਅਦ ਜਾ ਕੇ ਜੋ ਹੈ NDRF ਦੀ ਟੀਮ ਨੇ ਮਿਹਨਤ ਕਰਕੇ ਇਸ ਨੂੰ ਬਾਹਰ ਕੱਢਿਆ ਹੈ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਉਹਦੇ ਸਰੀਰ ਨੂੰ ਜਿਹੜਾ ਹੈ ਉਹ ਹੁਣ ਬਾਹਰ ਕੱਢ ਲਿਆ ਗਿਆ ਹੈ। NDRF ਦੀ ਟੀਮ ਜਿਹੜੀ ਹੈ ਅੰਥਕ ਮਿਹਨਤ ਕਰਨ ਤੋਂ ਬਾਅਦ ਇਸ ਬਾਡੀ ਨੂੰ ਕੱਢ ਕੇ ਬਾਹਰ ਲਿਆਂਦਾ ਹੈ
ਔਰ ਇਸ ਵੇਲੇ ਜੋ ਸਰੀਰ ਪਾਰਥਿਵ ਸਰੀਰ ਨੂੰ ਜਿਹੜਾ ਹੈ ਉਹ ਐਂਬੂਲੈਂਸ ਵੱਲ ਨੂੰ ਲੈ ਕੇ ਜਾਇਆ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਆਪਸੀ ਸਾਈਨ ਟੀਵੀ ਤੇ ਲਾਈਵ ਤਸਵੀਰਾਂ। ਇਸ ਵੇਲੇ ਬੜੀ ਹੀ ਮਿਹਨਤ ਦੇ ਨਾਲ ਇਸ ਸਰੀਰ ਨੂੰ ਕੱਢਿਆ ਹੈ। ਅਸੀਂ ਇਹ ਤਸਵੀਰਾਂ ਤੁਹਾਨੂੰ ਬਿਲਕੁਲ ਕਲੋਜ਼ ਤੋਂ ਨਹੀਂ ਦਿਖਾ ਸਕਦੇ ਕਿਉਂਕਿ ਇੱਕ ਸਰੀਰ ਦੀਆਂ ਤਸਵੀਰਾਂ ਨੇ। ਫਿਰ ਵੀ NDRF ਦੀ ਟੀਮ ਨੇ ਜਿਹੜੀ ਹੈ ਬੜੀ ਕੜੀ ਮੁਸ਼ਕਤ ਦੇ ਨਾਲ ਇਸ ਬੋਡੀ ਨੂੰ ਜਿਹੜਾ ਹੈ ਉਹ ਕੱਢ ਲਿਆ। ਤੁਸੀਂ ਦੇਖ ਰਹੇ ਹੋ ਕਿ ਕਿਵੇਂ ਲੋਕਾਂ ਦਾ ਤਾਂਤਾ ਲੱਗਿਆ ਹੈ ਔਰ ਪਰਿਵਾਰ ਵਾਲਿਆਂ ਦਾ ਜਿਹੜਾ ਵਿਰਲਾਪ ਵੀ ਤੁਸੀਂ ਸੁਣ ਸਕਦੇ ਹੋ। ਔਰ ਇਹ ਇਸ ਵੇਲੇ ਪੂਰਾ ਲਾਈਵ ਜਿਹੜਾ ਹੈ ਆਪਸੀ ਸਾਇੰਸ ਟੀਵੀ ਤੇ ਤੁਸੀਂ ਦੇਖ ਰਹੇ ਹੋ। ਹੁਣ ਇਸ ਬੋਡੀ ਨੂੰ ਜਿਹੜਾ ਹੈ ਉਹ ਲੈ ਕੇ ਜਾਇਆ ਜਾਏਗਾ ਐਂਬੂਲੈਂਸ ਰਾਹੀਂ। ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹਾਂ ਬੜੀ ਹੀ ਮਿਹਨਤ ਦੇ ਨਾਲ ਜੋ NDRF ਦੀ ਟੀਮ ਨੇ ਇਸ ਬੋਡੀ ਨੂੰ ਰਿਕਵਰ ਕਰ ਲਿਆ ਹੈ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਸ ਵੇਲੇ ਆਪਸੀ ਸਾਇੰਸ ਟੀਵੀ ਤੇ ਕਿਵੇਂ ਲੋਕਾਂ ਦੇ ਵਿੱਚ ਸਵੇਰ ਤੋਂ ਲੈ ਕੇ ਇਸ ਵੇਲੇ ਤੱਕ ਜਿਹੜਾ ਇੰਤਜ਼ਾਰ ਕਰ ਰਹੇ ਸੀ। ਤੁਹਾਨੂੰ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਇਸ ਬੋਡੀ ਨੂੰ ਜਿਹੜਾ ਹੈ ਮੋਰਚਰੀ ਦੇ ਵਿੱਚ ਲੈ ਜਾਇਆ ਜਾਏਗਾ ਹੋਸਪਿਟਲ ਦੇ ਵਿੱਚ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਆਪਸੀ ਸਾਇੰਸ ਟੀਵੀ ਤੇ। ਇਸ ਵੇਲੇ ਜੋ ਬੋਡੀ ਹੈ NDRF ਦੀ ਟੀਮ ਨੇ ਰਿਕਵਰ ਕਰ ਲਈ ਹੈ ਔਰ ਇਸ ਕੱਲ ਸ਼ਾਮ 7 ਵਜੇ ਦਾ ਇਹ ਜੋ ਬੰਦਾ ਸੀ ਔਰ ਬੋਡੀ ਨੂੰ ਜਿਹੜਾ ਹੈ ਐਂਬੂਲੈਂਸ ਦੇ ਵਿੱਚ ਰੱਖ ਕੇ ਲੈ ਜਾਇਆ ਜਾ ਰਿਹਾ ਹੈ। ਬਾਕੀ ਜੋ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਪੂਰਾ ਆਪਣੇ ਤਹਿ ਦਿਲੀ ਦੇ ਨਾਲ ਕੰਮ ਕੀਤਾ ਹੈ ਔਰ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਬੜੀ ਹੀ ਮੁਸ਼ਕਤ ਦੇ ਨਾਲ ਇਸ ਬੋਡੀ ਨੂੰ ਜਿਹੜਾ ਹੈ ਉਹ ਰਿਕਵਰ ਕਰ ਲਿਆ ਗਿਆ ਹੈ ਔਰ ਐਂਬੂਲੈਂਸ ਰਾਹੀਂ ਜਿਹੜਾ ਹੈ ਉਸ ਬੋਡੀ ਨੂੰ ਲੈ ਜਾਇਆ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਲੋਕਾਂ ਦੇ ਵਿੱਚ ਰੋਸ ਵੀ ਬਹੁਤ ਸੀ ਦੇਖਣ ਨੂੰ ਮਿਲਿਆ ਸੀ ਪ੍ਰਸ਼ਾਸਨ ਦੇ ਕਰਕੇ ਕਿ ਕਿਉਂ ਇੰਨਾ ਸਮਾਂ ਲੱਗ ਰਿਹਾ ਹੈ ਪਰ ਆਖਿਰਕਾਰ NDRF ਦੀ ਟੀਮ ਨੇ ਇਸ ਬੋਡੀ ਨੂੰ ਰਿਕਵਰ ਕਰ ਲਿਆ ਹੈ। ਦੇਖਦੇ ਰਹੋ ਆਪਸੀ ਸਾਇੰਸ ਟੀਵੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਰਿਵਾਰ ਵਾਲਿਆਂ ਦਾ ਜਿਹੜਾ ਹੈ ਇਸ ਵੇਲੇ ਹਾਲਾਤ ਮਾੜੇ ਨੇ ਦੇਖ ਰਹੇ ਹੋ ਕਿ ਇਹ ਪਤਨੀ ਹਨ ਉਸ ਕੌਸ਼ਲ ਕੁਮਾਰ ਦੀ ਔਰ NDRF ਦੀ ਟੀਮ ਦਾ। ਵੈਲਡਨ ਬਾਈ ਵੈਲਡਨ ਵੈਲਡਨ ਬਹੁਤ ਅੱਛਾ ਕਿ ਆਪਣੇ ਯਾਰ ਬਹੁਤ ਅੱਛਾ ਵੈਲਡਨ ਵੈਲਡਨ NDRF ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ। NDRF ਦੀ ਟੀਮ ਨੂੰ ਵਧਾਈ ਹੈ ਕਿ ਬਹੁਤ ਸਾਰਾ NDRF ਜਿੰਦਾਬਾਦ NDRF NDRF ਐਡਮਿਨਿਸਟ੍ਰੇਸ਼ਨ ਜਿੰਦਾਬਾਦ NDRF ਜਿੰਦਾਬਾਦ NDRF ਜਿੰਦਾਬਾਦ ਥੈਂਕ ਯੂ ਵੈਰੀ ਮਚ ਥੈਂਕ ਯੂ।
ਬਹੁਤ ਸਾਰੇ ਲੋਕੀ ਇਹਨਾਂ ਦਾ ਸ਼ੁਕਰੀਆ ਅਦਾ ਕਰ ਰਹੇ ਨੇ ਕਿਉਂਕਿ ਇਹਨਾਂ ਦੀ ਹੀ ਮਿਹਨਤ ਜਿਹੜੀ ਸੀ ਉਹ ਰੰਗ ਲਿਆਈ ਸੀ ਕਿਉਂਕਿ ਹੁਣ ਮੌਸਮ ਜਿਹੜਾ ਖਰਾਬ ਹੋ ਰਿਹਾ ਸੀ ਔਰ ਲੋਕਾਂ ਨੂੰ ਲੱਗ ਰਿਹਾ ਸੀ ਕਿ ਅਗਰ ਕਿਤੇ ਮੀਂਹ ਪੈ ਜਾਂਦਾ ਹੈ ਬਾਰਿਸ਼ ਪੈ ਜਾਂਦੀ ਹੈ ਤੇ ਸ਼ਾਇਦ ਹੀ ਇਸ ਦੀ ਬਾਡੀ ਨੂੰ ਮੁੜ ਕੇ ਰਿਕਵਰ ਕਰ ਲੈ ਕੀਤਾ ਜਾਣਾ ਜਾ ਸਕਦਾ ਸੀ ਪਰ ਪਰਿਵਾਰ ਕੇ ਲੋਕ ਚਾਹਤੇ ਥੇ ਬਾਕੀ ਲੋਕ ਚਾਹਤੇ ਥੇ ਕਿ ਸਬਸੇ ਪਹਿਲੇ ਬਾਡੀ ਰਿਕਵਰ ਹੋ ਜੀ ਬਾਡੀ ਅਬ ਰਿਕਵਰ ਹੋ ਚੁੱਕੀ ਹੈ ਲੇਕਿਨ ਅਗਲਾ ਸਟੈਪ ਜੋ ਹੈ ਉਹ ਠੇਕੇਦਾਰ ਹੈ ਜਿਸ ਪਰ ਸਬਸੇ ਜ਼ਿਆਦਾ ਚੱਲ ਰਿਹਾ ਹੈ ਉਹ ਐਡਮਿਨਿਸਟ੍ਰੇਟਿਵ ਜੋ ਹੈ ਉਹ ਡੀਸੀ ਸਾਹਿਬ ਸੇ ਮੇਰੀ ਬਾਤ ਹੋ ਗਈ ਹੈ ਉਸ ਪੇ ਕਾਰਵਾਈ ਜੋ ਉਚਿਤ ਕਾਰਵਾਈ ਹੋਗੀ ਵੋ ਹੋਗੀ ਉਸ ਪੇ ਆਪ ਨਿਸ਼ਚਿਤ ਰਹੇ ਉਸ ਪੇ ਹੋਗੀ ਸਰ ਕਿਆ ਲਗਤਾ ਕਿ ਚੈਲੰਜ ਕਿਤਨਾ ਜ਼ਿਆਦਾ ਕੜਾ ਥਾ ਕੱਲ ਰਾਤ ਕੋ ਅੰਧੇਰੇ ਮੇ ਵੀ ਐਸਐਫਬੀ ਜੋ ਟੀਮ ਹੈ ਲਗਾਤਾਰ ਉਹਨੇ ਤਲਾਸ਼ਨੇ ਕੀ ਕੋਸ਼ਿਸ਼ ਕਰ ਰਹੀ ਥੀ ਆਜ ਵੀ ਸੁਬਹ ਸੇ ਹੀ ਤੜਕੇ ਸੇ ਉਹਨੇ ਤਲਾਸ਼ਨੇ ਕੀ ਜੋ ਕੋਸ਼ਿਸ਼ ਹੈ ਵੋ ਕੀ ਜਾ ਰਹੀ ਦੇਖੀਏ ਮੈਂ ਸਭ ਲੋਕੋਂ ਕਾ ਸ਼ੁਕਰਗੁਜ਼ਾਰ ਹੂੰ ਜਿਤਨੇ ਵੀ ਯਹਾਂ ਆਸ ਪੜੋਸ ਕੇ ਲੋਕ ਥੇ ਸਭ ਨੇ ਸੰਯਮ ਸੇ ਕਾਮ ਲਿਆ ਔਰ ਹਮਾਰਾ ਏਕ ਹੀ ਮਿਸ਼ਨ ਥਾ ਕਿ ਕਿਸੀ ਤਰੀਕੇ ਸੇ ਹਮ ਜੋ ਹੈ ਬਾਡੀ ਕੋ ਰਿਟਰੀਵ ਕਰ ਪਾਏ ਕਿਉਂਕਿ ਥਾ ਆਪਨੇ ਵੀ ਦੇਖਾ ਕਿ ਏਰੀਆ ਕਿਤਨਾ ਡਿਫਿਕਲਟ ਥਾ ਲੇਕਿਨ ਐਨਡੀਆਰਐਫ ਔਰ ਐਸਡੀਆਰਐਫ ਨੇ ਬਹੁਤ ਹੀ ਅੱਛਾ ਕਾਮ ਨਿਭਾਇਆ ਔਰ ਲੋਕਲ ਲੋਕੋਂ ਕੀ ਸਪੋਰਟ ਸੇ ਹਮ ਲੋਕ ਯੇ ਕਰ ਪਾਏ ਇਸ ਬੀਚ ਮੇ ਲੋਕੋਂ ਕਾ ਕਿਤਨਾ ਸ਼ੁਕਰ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜਿਹੜਾ ਹੈ ਲੋਕਾਂ ਦਾ ਜਿਹੜਾ ਉਹ ਗੁੱਸਾ ਹੁਣ ਸ਼ਾਂਤ ਹੋ ਚੁੱਕਿਆ ਕਿਉਂਕਿ ਜਿਹੜੀ ਬਾਡੀ ਹੈ ਉਹ ਮਿਲ ਚੁੱਕੀ ਹੈ ਔਰ ਲੀਗਲ ਵੇ ਮੇ ਉਸੇ ਫਾਰਵਰਡ ਕੀਤਾ ਜਾਏਗਾ ਜੈਸਾ ਸਹਿਯੋਗ ਆਪ ਸਭ ਕਾ ਰਹਾ ਹੈ ਮੈਂ ਆਪਕੇ ਮਾਧਿਅਮ ਸੇ ਯਹੀ ਕਹਿਣਾ ਚਾਹੂੰਗਾ ਵੈਸਾ ਸਹਿਯੋਗ ਬਣਾਏ ਰੱਖੀਏਗਾ ਬਹੁਤ ਦੁਖਦ ਘੜੀ ਮੇ ਵੀ ਆਪ ਸਭ ਲੋਕੋਂ ਨੇ ਬੜਾ ਸੰਯਮ ਰੱਖਾ ਹੈ ਐਸਾ ਹੀ ਸੰਯਮ ਹਮ ਆਪਸੇ ਆਗੇ ਵੀ ਇਸਕੀ ਅਪੇਕਸ਼ਾ ਕਰਦੇ ਹਾਂ ਮੇਰਾ ਨਾਮ ਇੱਕ ਛੋਟੀ ਸੀ ਰਿਕਵੈਸਟ ਕਰਾਂਗੇ ਸਭ ਸੇ ਪਹਿਲੇ ਜੋ ਯਹਾਂ ਪੇ ਠੇਕੇਦਾਰ ਹੈ ਉਨ ਪੇ ਯੇ ਕਾਰਵਾਈ ਹੋਣੀ ਚਾਹੀਏ ਉਨ ਪੇ ਐਫਆਈਆਰ ਦਰਜ ਹੋਣੀ ਚਾਹੀਏ ਠੇਕੇਦਾਰ ਪੇ ਐਫਆਈਆਰ ਦਰਜ ਹੋਣੀ ਤਾਂ ਤੁਸੀਂ ਦੇਖਿਆ ਕਿ ਇਸ ਵੇਲੇ ਜੋ ਹਾਲਾਤ ਜਿਹੜੇ ਨੇ ਉਹ ਇਸ ਇਲਾਕੇ ਦੇ ਵਿੱਚ ਬੜੇ ਗਮਗੀਨ ਬਣੇ ਹੋਏ ਨੇ ਕਿਉਂਕਿ ਬਤਾਈਏ ਕਾਫੀ ਮੁਸ਼ਕਲ ਲਗੀ ਯਹਾਂ ਪਰ ਆਪਕੋ ਸਰਚ ਕਰਨੇ ਮੇ ਕਿਆ ਕੀ ਚੈਲੰਜਸ ਆਏ ਔਰ जी हाँ सबसे बड़ा चैलेंज हमारे पास में यह आया था कि मलबा भरा हुआ था उसमें जैसे ही हम लोग नीचे उतर रहे थे तो मलबे के साथ में अपने जान को जोखिम में रखते हुए हमको ये काम करना पड़ा सवेरे से हम 8 घंटे से लगे हुए हैं जैसे अभी कम की पानी की मात्रा कम हुई तो हम लोग ने दोबारा सर्च शुरू करा और दोनों तरफ से एनडीआरएफ और एसडीआरएफ दोनों को ज्वाइंट ऑपरेशन था हम लोगों को दोनों को डेड बॉडी मिल गई परेशानी क्या आ रही थी परेशानी ये थी कि एक तो मलबा पड़ा हुआ था तालाब में और दूसरा पानी था दिखाई कुछ नहीं दे रहा था वो खाली हम अपने जो सिप्लाई के मुताबिक दलदल में उसी आइडिया से हम लोग उसको सर्च कर रहे जो पानी में कोई गिरता है तो बॉडी ऊपर आ जाती है जी पानी में एक्चुअली क्या होता जो हम बोट ले जाते हैं तो पानी में घुमाने के बाद डेड बॉडी ऊपर आ जाती है लेकिन इसमें प्रॉब्लम यह है कि इसमें पुल का जो मलबा गिरा हुआ सीख है जो आयरन के जो पुल के सीख लगे हुए हैं उनके ऊपर भी बॉडी फंसी हुई थी इसलिए काफी दिक्कत का सामना करा पड़ा इसमें सभी का सहयोग रहा आम जनता का भी रहा एसडीआरएफ थी एनडीआरएफ दोनों का रहा और कितना गहरा पानी था कितना पानी लगभग ये 10 फीट गहरा पानी था जो सवेरे जब हमने ऑपरेशन शुरू करा था तो अभी जाकर के लगभग 3 फीट गहरा पानी अभी भी है उसमें
लेकिन इतने में हम लोगों ने बॉडी को रिकवर कर दिया। तकरीबन 8 घंटे अभी जी हाँ 8 घंटे बीत चुके हैं हम लोगों को यहाँ पर सवेरे से आए हुए हैं, और भगवान की कृपा से अभी हम लोगों का ऑपरेशन सक्सेस हुआ और डेड बॉडी को हम लोगों ने जिसके उनके हवाले कर दिया। हम तो मीडिया के माध्यम से एनडीआरएफ बहुत बढ़िया देख रहे हो आप सिंह टीवी से। इस वेले एनडीआरएफ की टीम नाल असीं तुहानूं मिला लिया, हुण एसडीआरएफ दे जिहड़े नौजवान ने एसडीआरएफ दे जवान ओह भी इस वेले इत्थे आ चुके ने। बहुत ही ज्यादा मशक्कत करनी पड़ी हमें इस के लिए। एसडीआरएफ की टीम ने कल रात को भी 2 बजे तक कंटिन्यू चलते रहे और सुबह फिर मॉर्निंग 7 बजे आए थे, तो हमें रिसर्च करते 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 हमें एक्यूरेट पता नहीं था कि कहाँ पे डेड बॉडी है कहाँ पे नहीं है। तो बड़ी ही मशक्कत के बाद हमें जो मतलब चलो सबका संयोग था, एनडीआरएफ भी थी एसडीआरएफ भी थी, दोनों टीमों ने मिलकर के बहुत सारा, और जहाँ के जो आवाम था जहाँ के लोग थे उन्होंने भी बहुत ज्यादा कंप्रोमाइज किया। तो बहुत ही चलो शुक्र है कि मतलब ये जो बहुत बहुत शुक्रिया आप लोगों का भी, सारी जनता की तरफ से, हमारे चैनल की तरफ से भी आपको भी बहुत बहुत शुक्रिया। उम्मीद करते हैं कि आप आगे भी ऐसे ही काम करते रहे। थैंक यू सर, थैंक यू। तो इस एसडीआरएफ दे नौजवान और एनडीआरएफ और एसडीआरएफ दी टीम ने जरा मिलके काम किया है वो एक बड़ा ही श्लाघा योग काम है। और ਤੁਸੀਂ ਦੇਖ ਰਹੇ ਹੋ ਆਪਸੀ ਸਾਇੰਸ ਟੀਵੀ ਤੇ ਲਾਈਵ ਤਸਵੀਰਾਂ ਇਸ ਇਲਾਕੇ ਦੀਆਂ, ਔਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਖੜੇ ਹਾਂ ਇਸੇ ਇਲਾਕੇ ਦੇ ਵਿੱਚ ਜਿੱਥੇ ਕਿ ਬਾਡੀ ਰਿਕਵਰ ਕੀਤੀ ਸੀ। ਬਹੁਤ ਸਾਰੀ ਦੁਨੀਆ ਜਿਹੜੀ ਹੈ ਇੱਥੇ ਇਸ ਵੇਲੇ ਇਕੱਠੀ ਹੋਈ ਚੁੱਕੀ ਹੈ, ਔਰ ਸ਼ਾਇਦ ਹੁਣ ਸਾਰਿਆਂ ਦਾ ਜਿਹੜਾ ਇੰਤਜ਼ਾਰ ਸੀ ਕਿ ਕੌਸ਼ਲ ਕੁਮਾਰ ਰੈਣਾ ਦੀ ਡੈੱਡ ਬਾਡੀ ਮਿਲੀ ਜਾਂ ਨਹੀਂ, ਔਰ ਉਹ ਇੰਤਜ਼ਾਰ ਜਿਹੜਾ ਖਤਮ ਹੋਇਆ, ਔਰ ਹੁਣ ਦੇਖਦੇ ਹਾਂ ਕਿ ਉਸ ਬਾਡੀ ਨੂੰ ਜਿਹੜਾ ਹੈ ਉਹ ਹਸਪੀਟਲ ਲੈ ਕੇ ਜਾਇਆ ਗਿਆ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਉਹ ਕੀਤੀ ਜਾਵੇਗੀ। ਦੇਖਦੇ ਰਹੋ ਆਪਸੀ ਸਾਇੰਸ ਟੀਵੀ, ਇਸੇ ਤਰ੍ਹਾਂ ਦੀਆਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਆਪਸੀ ਸਾਇੰਸ ਟੀਵੀ ਵੱਲੋਂ ਆਪ ਸਾਰਿਆਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਇਸੇ ਤਰ੍ਹਾਂ ਜਿਹੜੀਆਂ ਹਨ ਬੇਬਾਕੀ ਦੇ ਨਾਲ ਆਪ ਜੀ ਨੂੰ ਹਰ ਇੱਕ ਨਿਊਜ਼ ਹਰ ਇੱਕ ਖਬਰ ਆਪ ਤੱਕ ਪਹੁੰਚਾਉਂਦੇ ਰਹੀਏ। ਦੇਖਦੇ ਰਹੋ ਆਪਸੀ ਸਾਇੰਸ ਟੀਵੀ, ਇਸ ਤਰ੍ਹਾਂ ਦੀ ਹੋਰ ਵੀ ਖਬਰਾਂ ਲੈ ਕੇ ਆਵਾਂਗੇ। ਧੰਨਵਾਦ ਜੀ।